ਹਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਦੀਪ ਸਿੱਧੂ ਦੀ ਐਨ ਆਰ ਆਈ ਦੋਸਤ ਨੇ ਕੀਤੇ ਸਾਰੇ ਹਾਦਸੇ ਦੇ ਬਾਰੇ ਇਹ ਵੱਡੇ ਖੁਲਾਸੇ ਤਾਜ਼ਾ ਵੱਡੀ ਖਬਰ ਆ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਇਹ ਤਸਵੀਰ ਜੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਰਹੇ ਹੋ ਜੀ ਇਹ ਤਸਵੀਰ ਰੀਨਾ رائے ਦੀ ਆ ਜੋ ਕਿ ਦੀਪ ਸਿੱਧੂ ਦੀ ਦੋਸਤ ਸੀਗੀ ਉਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਖੁਲਾਸਾ ਕੀਤਾ ਗਿਆ ਉਹ ਵੀ ਦੀਪ ਸਿੱਧੂ ਦੇ ਨਾਲ ਗੱਡੀ ਦੇ ਵਿੱਚ ਮੌਜੂਦ ਸੀ ਦੀਪ ਸਿੱਧੂ ਦੀ ਵਿਦੇਸ਼ੀ ਦੋਸਤ ਵੱਲੋਂ ਇਸ ਹਾਦਸੇ ਬਾਰੇ ਖੁਲਾਸਾ ਕੀਤਾ ਗਿਆ ਹੈ ਤਾਜ਼ਾ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੈਂਟ ਹੋਇਆ ਉਸ ਸਮੇਂ ਦੀਪ ਸਿੱਧੂ ਇਸ ਗੱਡੀ ਨੂੰ ਚਲਾ ਰਿਹਾ ਸੀ ਉਸ ਦਾ ਇੱਕ ਹੋਰ ਵਿਦੇਸ਼ੀ ਦੋਸਤ ਉਸ ਦੇ ਨਾਲ ਬੈਠਾ ਹੋਇਆ ਸੀ ਜਿਸ ਸਮੇ ਇਹ ਹਾਦਸਾ ਵਾਪਰਿਆ ਉਸ ਦੀ ਮਹਿਲਾ ਦੋਸਤ ਰੀਨਾ ਰਾਏ ਸੌਂ ਰਹੀ ਸੀ ਜਿਸ ਸਮੇ ਇਹ ਹਾਦਸਾ ਹੋਇਆ ਤਾਂ ਉਸ ਸਮੇ ਉਸ ਦੀ ਸਾਈਡ ਤੇ ਲੱਗਾ ਹੋਇਆ 에ਅਰ ਬੈਗ ਖੁੱਲ ਗਿਆ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਉਸ ਨੇ ਦੱਸਿਆ ਕਿ ਹਾਦਸਾ ਕਰੀਬ ਰਾਤ 9 ਵਜੇ ਦੇ ਕਰੀਬ ਹੋਇਆ ਦੀਪ ਸਿੱਧੂ ਦੀ ਸਾਈਡ ਤੇ ਲੱਗਾ 에ਅਰ ਬੈਗ ਫਟ ਜਾਣ ਦੇ ਕਾਰਨ ਉਹ ਬਚਾਅ ਉਸ ਦਾ ਨਹੀਂ ਹੋ ਸਕਿਆ ਐਨ ਆਰ ਆਈ ਦੋਸਤ ਰੀਨਾ رائے ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਤੁਸੀਂ ਪੁਲਿਸ ਦੇ ਮੁਲਾਜ਼ਮਾਂ ਨੂੰ ਉਸ ਦੇ ਬਿਆਨ ਦਰਜ ਕਰਦੇ ਹੋਏ ਦੇਖ ਸਕਦੇ ਹੋ ਉਸ ਨੇ ਦੱਸਿਆ ਕਿ ਉਹ 13 ਜਨਵਰੀ ਨੂੰ ਭਾਰਤ ਆਈ ਸੀ ਉਹ ਦੋਨੋਂ ਹੀ ਓਬਰਾਏ ਹੋਟਲ ਗੁਰੂਗ੍ਰਾਮ ਦੇ ਵਿੱਚ ਰੁਕੇ ਸਨ ਜੋ ਕੱਲ ਬੀਤੀ ਸ਼ਾਮ 7 ਵਜੇ ਦੇ ਕਰੀਬ ਉੱਥੋਂ ਪੰਜਾਬ ਆਉਣ ਦੇ ਲਈ ਨਿਕਲੇ ਸਨ ਉਸ ਸਮੇਂ ਹੀ ਰਸਤੇ ਦੇ ਵਿੱਚ ਇਹ ਹਾਦਸਾ ਹੋਇਆ ਗੱਡੀ ਦੇ ਤਾਂ ਪਰ ਖੱਤੇ ਉੱਡ ਗਏ ਜਿਸ ਵਿੱਚ ਪੰਜਾਬ ਦੇ ਮੁਕਤ ਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ 37 ਸਾਲਾ ਦੀਪ ਸਿੱਧੂ ਤੇ ਉਸਦੇ ਇੱਕ ਵਿਦੇਸ਼ੀ ਦੋਸਤ ਦੀ ਮੌਤ ਹੋ ਗਈ।